ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਅੱਜ 19 ਨਵੰਬਰ ਵਾਲੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਅਤੇ ਗੁੱਡ ਮੋਰਨਿੰਗ ਵੀ ਹੈ, ਗੁੱਡ ਮੋਰਨਿੰਗ ਹੈ ਫਰੋਮ ਬਰਨਾਲਾ। ਮੈਨੂੰ 80-90 ਕਿਲੋਮੀਟਰ ਹੋ ਗਏ ਨੇ ਘਰ ਤੋਂ ਚੱਲੇ ਹੋਏ ਨੂੰ, ਅਤੇ ਮੈਂ ਜਾ ਰਿਹਾ ਹਾਂ ਰਾਜਸਥਾਨ। ਅੱਜ ਪਹਿਲੀ ਡੈਸਟੀਨੇਸ਼ਨ ਹੋਵੇਗੀ ਆਪਣੀ ਬੀਕਾਨੇਰ। ਬੀਕਾਨੇਰ ਦੇ ਵਿੱਚ ਦੇਖਦੇ ਹਾਂ ਕੀ ਕੁਛ ਦੇਖਣ ਨੂੰ ਮਿਲਦਾ। ਕੋਈ ਵੀ ਪਲੈਨ ਟ੍ਰਿਪ ਨਹੀਂ ਹੈਗਾ, ਅਨਪਲੈਨ ਟ੍ਰਿਪ ਹੈ। ਅਤੇ ਹੁਣ ਚੱਲਦੇ ਅੱਗੇ ਰਸਤੇ ਵੱਲ, ਅਤੇ ਰਸਤੇ ਚੱਲਦੇ ਚੱਲਦੇ ਆਪਾਂ ਗੱਲਾਂ ਕਰਦੇ ਜਾਵਾਂਗੇ, ਹੈ ਨਾ। ਆਪਾਂ ਪਹੁੰਚ ਗਏ ਹਾਂ ਡੋਲਫਿਨ ਚੌਂਕ ਬਠਿੰਡਾ। ਇਸ ਸਾਈਡ ਨੂੰ ਜਾਂਦਾ ਮਾਨਸਾ ਨੂੰ ਰਸਤਾ, ਤਲਵੰਡੀ ਸਾਬੋ ਨੂੰ, ਔਰ ਇਹ ਗਿਆ ਡੱਬਲੀ ਨੂੰ। ਡੱਬਲੀ ਹੈਗਾ ਤਾਂ 40 ਕਿਲੋਮੀਟਰ, ਸਿੱਧਾ 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 ਸਿੱਧਾ। ਲਓ ਜੀ, ਪੰਜਾਬ ਦੀ ਹੱਦ ਹੁਣ ਹੁੰਦੀ ਹੈ ਖਤਮ, ਅਤੇ ਹੁਣ ਆਪਾਂ ਕੁਝ ਦਿਨ ਵਿਚਾਰਾਂਗੇ ਦੂਜੀਆਂ ਸਟੇਟਾਂ ਦੇ ਵਿੱਚ। ਹੁਣ ਹੋ ਗਿਆ ਸ਼ੁਰੂ ਹਰਿਆਣਾ। ਹਰਿਆਣੇ ਦਾ ਪਹਿਲਾ ਸ਼ਹਿਰ ਆ ਗਿਆ ਡੱਬਲੀ। ਸਵੇਰੇ ਸਵੇਰੇ ਸਫ਼ਰ ਕਰਨ ਦਾ ਇਹੀ ਫਾਇਦਾ ਕਿ ਟ੍ਰੈਫਿਕ ਬਹੁਤ ਘੱਟ ਮਿਲਦੀ ਹੈ। ਸਵੇਰ ਦੇ ਇਸ ਟਾਈਮ 8:30 ਦੇ ਨੇੜੇ ਦਾ ਟਾਈਮ ਹੈ, ਔਰ ਆਪਾਂ 200 ਕਿਲੋਮੀਟਰ ਸਫ਼ਰ ਤੈਅ ਕਰ ਲਿਆ। ਇਸ ਟਾਈਮ ਪਹੁੰਚ ਗਿਆ ਮੈਂ ਡੱਬਵਾਲੀ, ਅਤੇ ਬੀਕਾਨੇਰ ਤੋਂ ਰਹਿ ਗਿਆ ਪੂਰੇ 300 ਕਿਲੋਮੀਟਰ। 8:30 ਹੋ ਗਏ ਨੇ, ਹੁਣ ਦੇਖੋ ਕਿੰਨੇ ਟਾਈਮ ਦੇ ਵਿੱਚ ਪਹੁੰਚਦੇ ਹਾਂ ਬੀਕਾਨੇਰ। ਕੋਈ ਜਲਦੀ ਨਹੀਂ ਹੈਗੀ, ਆਰਾਮ ਨਾਲ ਜਾਂਦੇ ਹਾਂ। ਕਿਹੜਾ ਕੋਈ ਕੰਮ ਕਰਨ ਚੱਲੇ ਹਾਂ, ਚੱਲੇ ਤਾਂ ਘੁੰਮਣ ਹੀ ਆ, ਹੈ ਨਾ। ਡੱਬਵਾਲੀ ਕ੍ਰੋਸ ਕਰ ਰਹੇ ਹਾਂ ਇਸ ਟਾਈਮ। ਰਾਜਸਥਾਨ ਦੇ ਵਿੱਚ 100 ਕਿਲੋਮੀਟਰ ਦੇ ਵਾਂਗ ਆ ਗਿਆ, ਪਰ ਹਜੇ ਤੱਕ ਕੋਈ ਰਾਜਸਥਾਨ ਵਾਲੀ ਫੀਲ ਨਹੀਂ ਆਈ। ਰਾਜਸਥਾਨ ਦੇ ਵਿੱਚ ਸਾਰਾ ਪੰਜਾਬ ਵਰਗਾ ਹੀ ਏਰੀਆ, ਪੰਜਾਬ ਐਂਡ ਹਰਿਆਣੇ ਵਰਗਾ। ਇਹ ਆ ਪਿੰਡ ਰੰਗ ਮਹਿਲ, ਜਿੱਥੇ ਅਸੀਂ ਕਰਕੇ ਜਾਂਦੇ ਹਾਂ ਪੰਜਾਬੀ ਫਿਲਮਾਂ ਦੀਆਂ ਸ਼ੂਟਿੰਗਾਂ। ਇੱਥੇ ਬਣਿਆ ਹੋਇਆ ਕੱਚੇ ਘਰ, ਲੋਕੇਸ਼ਨ ਵਧੀਆ ਇੱਥੇ ਟਿੱਬਿਆਂ ਦੇ ਵਿੱਚ। ਮੈਂ ਪਹੁੰਚਣ ਵਾਲਾ ਇਸ ਟਾਈਮ ਸੂਰਤਗੜ੍ਹ। 7-8 ਕਿਲੋਮੀਟਰ ਰਹਿ ਗਿਆ, 200 ਕਿਲੋਮੀਟਰ ਦੇ ਨੇੜੇ ਹਜੇ ਪਿਆ ਹੋਇਆ ਬੀਕਾਨੇਰ, ਜਿਹੜੀ ਕਿ ਆਪਣੀ ਅੱਜ ਪਹਿਲੀ ਡੈਸਟੀਨੇਸ਼ਨ ਹੈ। ਸੂਰਤਗੜ੍ਹ ਪਹੁੰਚ ਗਿਆ ਵਾਂ, ਇੱਥੇ ਲੱਗਾ ਹੋਇਆ ਫਾਟਕ। ਪਰ ਮੈਂ ਕੀ ਦੇਖ ਰਿਹਾ, ਸੂਰਤਗੜ੍ਹ ਦੇ ਵਿੱਚ ਕਿੱਦਾਂ ਝੋਨੇ ਖੜ੍ਹੇ ਹੋਏ ਨੇ। ਆਹ ਤਾਂ ਬਸ ਨਾਮ ਹੀ ਹੈ ਰਾਜਸਥਾਨ ਦਾ, ਸਾਰਾ ਪੰਜਾਬ ਦਾ ਏਰੀਆ। ਉਹ ਕੰਬਾਈਨ ਵੀ ਖੜ੍ਹੀ ਹੋਈ ਹੈ ਮੈਂ ਦੇਖਣਾ। ਝੋਨਾ ਖੜ੍ਹਾ ਹੋਇਆ, ਬਸ ਨਾਮ ਹੀ ਹੈ ਰਾਜਸਥਾਨ। ਅਜੇ ਤੱਕ ਤਾਂ ਕੋਈ ਵਾਈ ਬਾਈ ਨਹੀਂ ਰਾਜਸਥਾਨ ਦੀ, ਹੈ ਨਾ। ਟ੍ਰੇਨ ਆ ਗਈ, ਟ੍ਰੇਨ ਦੇਖ ਲਓ।
ਚੰਡੀਗੜ੍ਹ ਤੋਂ ਲੰਘੀਏ ਨਾ ਹੈਗਾ ਹਿਮਾਚਲ ਸਾਈਡ ਨੂੰ ਤੇ ਹਿਮਾਚਲ ਦੇ ਪਹਾੜ ਦਿਸਣੇ ਸ਼ੁਰੂ ਹੋ ਜਾਂਦੇ ਨੇ। ਇੱਥੋਂ ਸੂਰਤਗੜ੍ਹ ਲੰਘ ਰਹੇ ਹਾਂ, ਇੱਥੋਂ ਦਿਸ ਰਹੇ ਨੇ ਹੁਣ ਟਿੱਬੇ ਬੀਕਾਨੇਰ ਦੇ। ਪੰਜ ਸੌ ਕਿਲੋਮੀਟਰ ਦੀ ਡਰਾਈਵ ਤੋਂ ਬਾਅਦ ਫਾਈਨਲੀ ਬੀਕਾਨੇਰ ਤਾਂ ਪਹੁੰਚ ਗਏ ਹਾਂ, ਪਰ ਟੂਲ ਟੈਕਸ ਬਹੁਤ ਜ਼ਿਆਦਾ ਨੇ। ਸੋ ਸੂਰਤਗੜ੍ਹ ਤੋਂ ਅੱਗੇ 175 ਕਿਲੋਮੀਟਰ ਦਾ ਸਫ਼ਰ ਹੈ, ਇਸ ਦੇ ਵਿੱਚ ਵਿੱਚ ਹੀ 300 ਰੁਪਏ ਦੇ ਟੂਲ ਟੈਕਸ ਲੱਗੇ ਨੇ, ਯਾਨੀ ਕਿ 2 ਰੁਪਏ ਪਰ ਕਿਲੋਮੀਟਰ ਸਿਰਫ ਟੂਲ ਟੈਕਸ ਪੇ ਕਰਨਾ ਪਿਆ। ਅਨਪਲੈਨ ਟ੍ਰਿਪ ਦਾ ਇੱਕ ਪੰਗਾ ਹੁੰਦਾ, ਜਾਂ ਤਾਂ ਕੁਛ ਬੈਨੀਫਿਟ ਹੋ ਜਾਂਦਾ ਜਾਂ ਉਸਦਾ ਨੁਕਸਾਨ ਹੋ ਜਾਂਦਾ। ਨੁਕਸਾਨ ਇਹ ਹੈ ਕਿ ਜਿਹੜਾ ਮਹਿਲ ਦੇਖਣਾ ਸੀ ਉਹ ਅੱਜ ਗੁਰੂ ਨਾਨਕ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬੰਦ ਹੈ ਅਤੇ ਉਹ ਕੱਲ੍ਹ ਨੂੰ ਖੁੱਲੂਗਾ। ਹੁਣ ਦੇਖਦੇ ਹਾਂ ਆਪਾਂ ਰਿਸਰਚ ਇੰਸਟੀਚਿਊਟ ਜਿਹੜਾ ਕੈਮਲ ਦਾ ਉਹ ਦੇਖਦੇ ਹਾਂ ਬੱਚੇ, ਅਤੇ ਹੁਣ ਉਹਦੇ ਲਗਾਉਂਦੇ ਹਾਂ GPS, ਮਿਲਦੇ ਹਾਂ ਆਪਾਂ ਰਿਸਰਚ ਸੈਂਟਰ। ਰਾਈਡ ਕਰਨੀ ਹੈ ਤਾਂ ਊਠਾਂ ਕੋਲ ਜਾਣ ਦੇਣਗੇ, ਨਹੀਂ ਕਰਨੀ ਤਾਂ ਆਹੀ ਬਿਲਡਿੰਗ ਘੁੰਮ ਕੇ ਚਲੇ ਜਾਓ। ਹੈ ਨਾ, ਆਹ ਬਿਲਡਿੰਗ ਜਾਂ ਇੱਧਰ ਊਠ ਦੇਖ ਲਓ। ਚਿੜੀਆ ਘਰ ਦੇ ਊਠਾਂ ਵਰਗੇ ਨੇ, ਲੱਗਦਾ ਨਹੀਂ ਕੁਛ ਪੀੜ ਇਹਨਾਂ ਨੂੰ ਪੈਂਦੀ ਹੋਵੇ। ਲਓ ਜੀ, ਮੇਰਾ ਤਾਂ ਫਸਟ ਇੰਪ੍ਰੈਸ਼ਨ ਬੀਕਾਨੇਰ ਦਾ ਵੈਰੀ ਵੈਰੀ ਬੈਡ ਰਿਹਾ। ਦੇਖ ਲਓ ਊਠ, ਚੰਡੀਗੜ੍ਹ ਦੇ ਚਿੜੀਆ ਘਰ ਦੇ ਵਿੱਚ ਜਿਵੇਂ ਹਾਥੀ ਬੰਨੇ ਨੇ ਉੱਥੇ ਉਸ ਤਰੀਕੇ ਨਾਲ ਇੰਨਾ ਊਠ ਬੰਨੇ ਨੇ ਇੱਥੇ। ਇਹਨਾਂ ਦਾ ਡੈਰੀ ਪ੍ਰੋਡਕਟ ਜ਼ਰੂਰ ਟੇਸਟ ਕਰਦੇ ਹਾਂ, ਦੁੱਧ ਕਿੱਦਾਂ ਹੁੰਦਾ ਕੈਮਲਸ ਦਾ, ਅਤੇ ਆਈਸਕ੍ਰੀਮ ਦੇਖਦੇ ਹਾਂ, ਬਹੁਤ ਫੇਮਸ ਹੈ। ਊਠਨੀ ਕੇ ਦੁੱਧ ਸੇ ਬਨੇ ਉਤਪਾਦ, ਊਠਨੀ ਦੇ ਦੁੱਧ ਤੋਂ ਇਹ ਪ੍ਰੋਡਕਟ ਬਣੇ ਹੋਏ ਨੇ। ਦੁੱਧ ਫਲੇਵਰਡ ਮਿਲਕ 200 ml 20 ਰੁਪਏ, ਕੇਕ ਦੇਖਦੇ ਹਾਂ, ਹੋਰ ਕੀ ਦੇਖਦੇ ਹਾਂ, ਇੱਕ ਆਈਸਕ੍ਰੀਮ ਦੇਖਾਂਗੇ। ਮੈਂ ਲੈ ਕੇ ਆਇਆ ਫਲੇਵਰਡ ਮਿਲਕ, ਜਿਹੜਾ ਊਠਨੀ ਦਾ ਦੁੱਧ ਹੈ, ਹੈ ਨਾ, ਅਤੇ ਪੀ ਕੇ ਦੇਖਦੇ ਹਾਂ ਕਿੱਦਾਂ ਦਾ। ਇਹ ਹੈ ਪੈਕਟ, ਟੇਸਟੀ ਹੈ, ਫਲੇਵਰਡ ਹੈ ਨਾ, ਥੋੜ੍ਹਾ ਜਿਹਾ ਲੂਣਾ ਜ਼ਿਆਦਾ ਹੈਗਾ ਪਰ ਟੇਸਟੀ ਹੈ। ਲਾਈਫ ਦੇ ਵਿੱਚ ਫਸਟ ਟਾਈਮ ਐਕਸਪੀਰੀਅੰਸ ਕਰ ਰਹੇ ਹਾਂ ਊਠਨੀ ਦਾ ਦੁੱਧ। ਉਹ ਤਾਂ ਮਿਲਦਾ ਸਾਹਮਣੇ, ਰੇਟ ਲਿਸਟ ਮੈਂ ਸ਼ੋਅ ਕਰਦਾ ਕੀ ਰੇਟ ਆ, ਬਾਕੀ ਤੁਸੀਂ ਦੇਖ ਲਿਓ ਵੀਡੀਓ ਦੇ ਵਿੱਚ। ਆਈਸਕ੍ਰੀਮ ਵੀ ਲੈ ਕੇ ਆਇਆ, ਉਹ ਵੀ ਖਾ ਕੇ ਦੇਖਦੇ ਹਾਂ। ਦੁੱਧ ਜ਼ਿਆਦਾ ਟੇਸਟੀ ਸੀ, ਇੰਨੀ ਆਈਸਕ੍ਰੀਮ ਟੇਸਟੀ ਨਹੀਂ ਹੈਗੀ, ਪਤਾ ਨਹੀਂ ਦੁੱਧ ਪਹਿਲਾਂ ਪੀ ਲਿਆ ਇਸ ਕਰਕੇ ਆਈਸਕ੍ਰੀਮ ਇੰਨੀ ਟੇਸਟੀ ਨਹੀਂ ਲੱਗ ਰਹੀ। ਆਈਸਕ੍ਰੀਮ ਕੁਲਫੀ ਹੈ, ਇਹ ਆਈ ਹੈ 40 ਰੁਪਏ ਦੀ। ਹੁਣ ਜਾ ਰਿਹਾ ਮੈਂ ਜੂਨਾਗੜ੍ਹ ਫੋਰਟ, ਦੇਖਦੇ ਹਾਂ 4:30 ਵਜੇ ਤੱਕ ਐਂਟਰੀ, 4 ਵੱਜ ਚੁੱਕੇ ਨੇ ਅਤੇ 15-20 ਮਿੰਟ 'ਚ ਪਹੁੰਚ ਗਏ, ਐਂਟਰੀ ਮਿਲ ਜੂ। ਲੈਸੀ ਮਿਲਦੇ ਹਾਂ ਆਪਾਂ ਐਟ ਜੂਨਾਗੜ੍ਹ ਫੋਰਟ।
आप एंटर कर गए जूनागढ़ फोर्ट फोर्ट के अंदर फर्स्ट पार्क करने का ठीक है जी आप पहुंच गए जूनागढ़ फोर्ट बीकानेर आज देखते दे अंदर है कि जूनागढ़ फोर्ट के अंदर आ गए म्यूजियम की तो जूनागढ़ फोर्ट की अलग अलग एंट्री है 50 म्यूजियम की फी 80 रुपए पर परसन गाइड ले रहे 350 बाकी एक गाइड फ्री है वो ग्रुप नू सारे नू दिखाता है बाकी देखते हैं अगे चल जूनागढ़ फोर्ट घूमना है तो प्राइवेट गाइड जरूर ले लो बारगेनिंग करके साडा टाइम हो चुका हम सू प्राइवेट गाइड नहीं मिले इस करके हम अस आप ही घूम लगे हाँ तो किसी छोटे ग्रुप के नाल इंडिया के पहली लिस्ट आई थी 1914 राजा बीकानेर इंग्लैंड तो ली गई सी निर्माण शुरू हो 1937 राजा गंगा ने पूर्ण किया राजा गंगा सिंह का ड्रेसिंग रूम फोटो दिखाना वा सारे बैड 1212 का बनया हुआ 800 साल पुराना इधर कुर्सियां पई हुई जो मंत्री बैठते पवित्र सिंह 56 इंच का सीना का सुनिया सी वो तो निकलिया नहीं पर 56 किलो की ड्रेस जो राजा पाता सी जरूर दिखाना
256 किलो दी कट्टा 500 दे पैर गिर फोर्ड की एक खासियत यह जरूर है कि जो भी इतने हुण तक का समान पिया सारा ओरिजिनल है, नहीं तो बहुत ज़्यादा देखा नकली बना बना के रखे होंगे ने। फिल्म इंडस्ट्री वाले वास्ते कुछ भी एनसीएंट चीज़ा देखनिया ने है ना राजे महाराजे दियाँ इतों आ के बंदा देख सकता तो कॉपी करके बार बनवा सकता। ब्रिटिश गवर्नमेंट के टाइम का ऑफिस है जिथे ब्रिटिश दियाँ ड्रेसिस एंड टैलीफोन ने राजा गंगा सिंह का ऑफिस है। ਜਿਵੇਂ ਅਸੀਂ ਮੁੱਛਾਂ ਰੱਖੀ ਫਿਰਦੇ ਨਾ ਕੁਝ ਵੀ ਦਹੀਂ ਦੁਹੀ ਹਟ ਜਾਂਦਾ ਹੁੰਦਾ ਲੱਗ ਜਾਂਦਾ ਮੁੱਛਾਂ ਇਸੇ ਤਰ੍ਹਾਂ ਹੀ ਉਸ ਟਾਈਮ ਦਾ ਰਾਜਾ ਗੰਗਾ ਸਿੰਘ ਦੀਆਂ ਮੁੱਛਾਂ ਬਹੁਤ ਵੱਡੀਆਂ ਸਨ ਉਹਨਾਂ ਵਾਸਤੇ ਚਮਚਾ ਸਪੈਸ਼ਲ ਬਣਾਇਆ ਗਿਆ ਸੀ ਕਿ ਕੁਛ ਵੀ ਖਾਂਦਿਆਂ ਪੀਂਦਿਆਂ ਮੁੱਛਾਂ ਦੇ ਨਾਲ ਨਾ ਲੱਗੇ। ਰਾਜਾ ਗੰਗਾ ਸਿੰਘ ਦਾ ਐਰੋਪਲੇਨ ਜਿਹੜਾ ਕਿ ਬ੍ਰਿਟਿਸ਼ ਗਵਰਨਮੈਂਟ ਨੇ ਜਾਣ ਵਕਤ ਇਹਨਾਂ ਨੂੰ ਗਿਫਟ ਕੀਤਾ ਸੀ। ਜਿੰਨਾ ਮਰਜ਼ੀ ਵਾਈਡ ਕਰ ਲਓ ਐਂਗਲ ਐਡਾ ਕੁ ਮਹਿਲ ਲੈ ਕੇ ਕੈਮਰੇ 'ਚ ਆਉਂਦਾ ਹੀ ਨਹੀਂ ਹੈਗਾ। ਕਦੀ ਰਹਿੰਦੇ ਸੀ ਇੱਥੇ ਰਾਜੇ ਮਹਾਰਾਜੇ, ਅੱਜ ਰਹਿੰਦੇ ਨੇ ਕਬੂਤਰ ਗੁਟਰ ਗੂੰ। ਸਮੇਂ ਸਮੇਂ ਦੀਆਂ ਗੱਲਾਂ ਨੇ, ਕਦੀ ਇਹਨਾਂ ਲੋਕਾਂ ਦਾ ਰਾਜ ਚੱਲਦਾ ਸੀ, ਅੱਜ ਤਾਲੇ ਲੱਗੇ ਹੋਏ ਨੇ। ਖਾਲੀ ਕੁਰਸੀ ਕਦੀ ਇੱਥੇ ਬੈਠ ਕੇ ਜਨਤਾ ਦੇ ਹੁਕਮ ਚਲਾਏ ਹੋਣਗੇ। ਚਲੋ ਸਵੇਰੇ ਨਾ 4 ਵਜੇ ਦਾ ਉੱਠ ਕੇ ਮੈਂ ਡਰਾਈਵ ਕਰ ਰਿਹਾ ਵਾਂ, ਰਸਤੇ 'ਚ ਰੁਕਦੇ ਆਏ ਫਿਰ ਆ ਕੇ ਅਤੇ ਕਾਫੀ ਕੁਝ ਦੇਖਿਆ ਵੀ, ਅਤੇ 525 ਕਿਲੋਮੀਟਰ ਦੇ ਨੇੜੇ ਟਰੈਵਲ ਕੀਤਾ ਹੈ, ਕਾਰ ਚੱਲੀ ਹੈ ਨਾ। ਅਤੇ ਹੁਣ ਕੋਈ ਤੱਕ ਨਹੀਂ ਸੀ ਰਹੀ ਵਲੋਗ ਐਂਡ ਕਰਨ ਦੀ, ਹੁਣ ਸਿੱਧਾ ਆ ਕੇ ਹੋਟਲ ਦੇ 'ਚ ਡਿੱਗ ਗਿਆ ਅਤੇ ਆਪਾਂ ਇੱਥੇ ਹੀ ਕਰਨੀ ਅੱਜ ਦਾ ਵਲੋਗ ਐਂਡ। ਕੱਲ੍ਹ ਨੂੰ ਇੱਕ ਨਵੇਂ ਸ਼ਹਿਰ ਵੱਲ, ਨਵੀਂ ਡੈਸਟੀਨੇਸ਼ਨ ਵੱਲ ਚੱਲਾਂਗੇ। ਅਤੇ ਨੈਕਸਟ ਵਲੋਗ ਦੇਖਣ ਦੇ ਲਈ ਪਲੀਜ਼ ਡੋਂਟ ਫੋਰਗੈਟ ਟੂ ਸਬਸਕ੍ਰਾਈਬ ਮਾਈ ਚੈਨਲ। ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮੱਚ।